ਸਤਿ ਸ਼੍ਰੀ ਅਕਾਲ ਕੈਨੇਡੀਅਨਸ ਟੈਵੀ ਦੇ ਨਾਲ ਤੁਸੀਂ ਜੁੜੇ ਹੋਈਆਂ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਆਓ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਅਮਰੀਕਾ ਦੇ ਨਾਲ ਸਥਾਨਕ ਪੱਧਰ ਤੇ ਸੰਬੰਧ ਮਜ਼ਬੂਤ ਕਰਨ ਦੇ ਯਤਨ ਮੇਅਰ ਤੇ ਗਵਰਨਰ ਪੱਧਰ ਤੇ ਹੋ ਰਹੇ ਨੇ ਸੰਵਾਦ ਕੈਨੇਡਾ ਦੇ ਵਿੱਚ ਐਮਰਜੈਂਸੀ ਲਾਗੂ ਹੁੰਦਿਆ ਹੈ ਟਰੱਕ ਵਾਲਿਆਂ ਦੀ ਹੜਤਾਲ ਖਤਮ ਪੁਲਿਸ ਮੁਖੀ ਦੇ ਵੱਲੋਂ ਅਸਤੀਫਾ ਕੈਨੇਡਾ ਦੇ ਵਿੱਚ ਟਰੂਡੋ ਦੇ ਲਈ ਮੁਸੀਬਤ ਬਣ ਚੁੱਕਿਆ ਹੈ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਹੋ ਸਕਦਾ ਹੈ ਖਤਮ ਲਾਗੂ ਹੋਣ ਤੋਂ ਪਹਿਲਾਂ ਐਮਰਜੈਂਸੀ ਐਕਟ ਨੂੰ ਅਮਲ ਦੇ ਵਿੱਚ ਲਿਆਉਣ ਦੀ ਕਾਰਵਾਈ ਹੋਈ ਸ਼ੁਰੂ ਕੋਵਿਡ ਤੋਂ ਉੱਗ ਚੁੱਕੀ ਹੈ ਦੁਨੀਆ ਆ ਗਿਆ ਪਾਬੰਦੀਆਂ ਹਟਾਉਣ ਦਾ ਸਮਾਂ ਕਿਹਾ ਫੋਰਡ ਨੇ ਪੀਐਮ મોદી ਨੇ ਦੇਸ਼ ਨੂੰ ਝੂਠੇ ਵਾਅਦਿਆਂ ਦੇ ਸਿਵਾਏ ਕੁਝ ਨਹੀਂ ਦਿੱਤਾ ਕਿਹਾ ਪ੍ਰੇਂਕਾ ਗਾਂਧੀ ਨੇ ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਨਤਮਸਤਕ ਹੋਏ ਪੀਐਮ ਮੋਦੀ ਸ਼ਬਦ ਕੀਰਤਨ ਦੇ ਵਿੱਚ ਲਿਆ ਹਿੱਸਾ ਦੀਪ ਸਿੱਧੂ ਦਾ ਪੋਸਟਮਾਰਟਮ ਸ਼ੁਰੂ ਪੁਲਿਸ ਦੇ ਮੁਤਾਬਕ ਖੜੇ ਟਰੱਕ ਦੇ ਵਿੱਚ ਵੱਜੀ ਦੀਪ ਸਿੱਧੂ ਦੀ ਗੱਡੀ ਦੇਸ਼ ਦੇ ਵਿੱਚ ਕੁੱਲ ਟਿਕਾ ਕਰਣ 173 ਕਰੋੜ ਤੋਂ ਹੋਇਆ ਪਾਰ ਬੀਤੇ 24 ਘੰਟਿਆਂ ਦੇ ਵਿੱਚ ਕਰੋਨਾ ਦੇ ਕਈ ਨਵੇਂ ਮਾਮਲੇ ਆਏ ਸਾਹਮਣੇ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਬਹਾਨੇ ਨਾਲ ਲੱਪਣ ਪੀਆ ਮੋਦੀ ਕਿਹਾ ਸੁਖਿੰਦਰ ਰੰਦਾਵਾ ਨੇ ਨਵਜੋਤ ਸਿੱਧੂ ਦੇ ਘਰ ਪਹੁੰਚੇ ਪ੍ਰਿੰਕਾ ਗਾਂਧੀ ਹੋਈ ਅਹਿਮ ਵਿਚਾਰ ਚਰਚਾ ਕੇਜਰੀਵਾਲ ਤੇ ਫੰਡਾ ਦੀ ਦੁਰਵਰਤੋਂ ਦਾ ਦੋਸ਼ ਸੀਬੀਆਈ ਦੇ ਕੋਲ ਪਹੁੰਚੀ ਸ਼ਿਕਾਇਤ ਹੁਣ ਖਬਰਾਂ ਵਿਸਥਾਰ ਨਾਲ ਉਦਰ ਅਮਰੀਕਾ ਦੇ ਵਿੱਚ ਭਾਰਤ ਦੇ ਰਾਜਦੂਤ ਰਣਜੀਤ ਸਿੰਘ ਸੰਧੂ ਨੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਅਤੇ ਸਥਾਨਕ ਪੱਧਰ ਤੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਦੇ ਨਾਲ ਦੇਸ਼ ਭਾਰ ਦੇ ਸਥਾਨਕ ਮੇਅਰ ਤੇ ਗਵਰਨਰ ਦਾ ਸੰਵਾਦ ਵਧਾਇਆ। ਭਾਰਤ ਸਰਕਾਰ ਦੀ ਨੀਤੀਕਰੇਲੂ ਅਤੇ ਰਾਸ਼ਟਰੀ ਸਿਆਸਤ ਦੇ ਵਿੱਚ ਸ਼ਕਤੀਸ਼ਾਲੀ ਮਹਾਨ ਨਗਰ ਨਿਊਯਾਰਕ, ਲਾਸ ਐਂਜਲਸ ਅਤੇ ਸ਼ਿਕਾਗੋ ਦੇ ਵਿੱਚ ਚੁਣੇ ਹੋਏ ਨੁਮਾਇੰਦਿਆਂ ਦੇ ਵੱਧ ਦੇ ਦਬਦਬੇ ਦੇ ਸੰਦਰਭ ਦੇ ਵਿੱਚ ਮਹੱਤਵਪੂਰਨ ਹੈ। ਸੰਧੂ ਨੇ 30 ਜਨਵਰੀ ਨੂੰ ਮੇਅਰ ਐਡਮਸ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਊਯਾਰਕ ਸ਼ਹਿਰ ਦੇ ਮੇਅਰ ਦੇ ਵਜੋਂ ਇਤਿਹਾਸਕ ਚੋਣ ਦਰمیان ਮਜਬੂਤ ਪਾਈ ਵਾਲੀ ਵਧਾਉਣ ਤੇ ਚਰਚਾ ਵੀ ਕੀਤੀ ਸੀ ਭਾਰਤੀ ਰਾਜਦੂਤ ਨੇ ਨਿਊ ਜਰਸੀ ਦੇ ਵਿੱਚ ਐਡੀਸਨ ਸ਼ਹਿਰ ਦੇ ਮੇਅਰ ਸੋਪਿੰਗ ਜੋਸ਼ੀ ਦੇ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦਾ ਨਾਤਾ ਗੁਜਰਾਤ ਦੇ ਸ਼ਿਵਰਾਜਪੁਰ ਦੇ ਨਾਲ ਹੈ ਐਡਿਸਨ ਦੇ ਵਿੱਚ ਭਾਰਤੀ ਅਮਰੀਕੀ ਖਾਸ ਤੌਰ ਤੇ ਗੁਜਰਾਤ ਦੇ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਇਸ ਤੋਂ ਇਲਾਵਾ ਸੰਦੂ ਨੇ ਸਿਨਸੀਨਾਟੀ ਸ਼ਹਿਰ ਦੇ ਮੇਅਰ ਆਫਤਾ ਪੂਰੇਵਾਲ ਦੇ ਨਾਲ ਵੀ ਮੁਲਾਕਾਤ ਕੀਤੀ ਉਹ ਸਿਨਸੀਨਾਟੀ ਦਾ ਮੇਅਰ ਬਣਨ ਵਾਲੇ ਪਹਿਲੇ ਭਾਰਤੀ ਮੂਲ ਦੇ ਉਮੀਦਵਾਰ ਨੇ ਪੂਰੇਵਲ ਨੇ ਪਿਤਾ ਪੰਜਾਬ ਤੋਹਣ ਅਤੇ ਮਾਂ ਤੇ ਬੱਦੀ ਹੈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਲਾਸ ਐਂਜਲਸ ਸ਼ਹਿਰ ਦੇ ਮੇਅਰ ਐਰਿਕ ਗਾਰਸਟੀ ਨੂੰ ਭਾਰਤ ਦੇ ਵਿੱਚ ਆਪਣਾ ਰਾਜਦੂਤ ਨਾਮਜ਼ਦ ਕੀਤਾ ਪਿਛਲੇ 15 ਵਾੜੇ ਦੇ ਵਿੱਚ ਵੀ ਸੰਦੂ ਨੇ ਪ੍ਰਮੁੱਖ ਮੇਅਰਾਂ ਦੇ ਨਾਲ ਮੁਲਾਕਾਤ ਕੀਤੀ 23 ਤੋਂ ਇਲਾਵਾ ਉਹਨਾਂ ਨੇ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੇ 40 ਤੋਂ ਵੱਧ ਸੂਬਿਆਂ ਦੇ ਗਵਰਨਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਭਾਰਤੀ ਡਿਪਲੋਮੈਟ ਮਿਸ਼ਨ ਅਤੇ ਰਾਜਦੂਤ ਸਥਾਨਕ ਪ੍ਰਸ਼ਾਸਨਾ ਤੱਕ ਪਹੁੰਚ ਬਣਾਉਣ ਦੇ ਲਈ ਵਿਸ਼ੇ ਯਤਨਕਾਰੇ ਨੇ ਪਿਛਲੇ ਮਹੀਨੇ ਸੰਦੂ ਨੇ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਦੇ ਨਾਲ ਮੁਲਾਕਾਤ ਕੀਤੀ 20 ਤੋਂ ਵੱਧ ਸਾਲਾਂ ਤੋਂ ਕਾਨੂੰਨ ਅਤੇ ਵਿਵਸਥਾ ਦੇ ਅਧਿਕਾਰੀ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਐਡਮਸ ਨੇ ਮੇਅਰ ਅਹੁਦੇ ਦੀ ਚੋਣ ਦੇ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਐਡਮਸ ਸੁਰੱਖਿਆ ਦੇ ਵਿੱਚ ਉਦੋਂ ਆਏ ਜਦੋਂ ਦੀ ਮੌਜੂਦਗੀ ਦੇ ਵਿੱਚ ਕਾਨੂੰਨ ਅਤੇ ਵਿਵਸਥਾ ਤੇ ਆਪਣੀਆਂ ਨੀਤੀਆਂ ਦਾ ਆਗਾਜ਼ ਕਰਨ ਦੇ ਲਈ ਨਿਊਯਾਰਕ ਆਈ ਸੰਨ ਉਧਰ ਕੈਨੇਡਾ ਦੇ ਵਿੱਚ ਟਰੱਕ ਮਾਰਚ ਵਿੱਚੋਂ ਹਾਲਾਤ ਵਿਗੜਨ ਦੇ ਕਾਰਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਵੱਲੋਂ 50 ਸਾਲ ਦੇ ਵਿੱਚ ਪਹਿਲੀ ਵਾਰ ਦੇਸ਼ ਦੇ ਵਿੱਚ ਮੰਗਲਬਾਰ ਨੂੰ ਐਮਰਜੈਂਸੀ ਲਾਗੂ ਕਰਨ ਮਗਰੋਂ ਅਮਰੀਕਾ ਕੈਨੇਡੀਅਨ ਸਰਹੱਦਾ ਦੇ ਨਾਲ ਮੋਟਾਨਾ ਰੋਡ ਤੇ ਟਰੱਕਾਂ ਅਤੇ ਹੋਰ ਵਾਹਨਾਂ ਦੇ 2 ਹਫ਼ਤੇ ਤੋਂ ਚੱਲ ਰਹੀ ਹੜਤਾਲ ਖਤਮ ਹੋ ਗਈ। ਵਾਹਨ ਦੱਖਣੀ ਅਲਬਰਟਾ ਦੇ ਕਸਬੇ ਦੇ ਵਿੱਚੋਂ ਲੰਘਣੇ ਸ਼ੁਰੂ ਹੋ ਗਏ। ਉੱਥੇ ਹੀ ਮਾਮਲੇ ਦੇ ਨਾਲ ਸਹੀ ਢੰਗ ਦੇ ਨਾਲ ਨਾ ਨਿਜਠਣ ਦੇ ਲਈ ਆਲੋਚਨਾ ਦਾ ਸਾਹਮਣਾ ਕਰ ਰਿਓ ਟਾਵਾ ਪੁਲਿਸ ਮੁਖੀ ਪੀਟਰ ਸਲੋਲੀ ਨੇ ਆਪਣੇ ਅਹੁਦੇ ਤੇ ਅਸਤੀਫਾ ਵੀ ਦੇ ਦਿੱਤਾ। ਇਹ ਦੋਵੇਂ emergancy शक्तियां दी ਵਰਤੋ ਕਰਨ ਤੋਂ ਇੱਕ ਦਿਨ ਬਾਅਦ ਵਾਪਰੀਆਂ ਹਨ ਜ਼ਿਕਰ ਯੋਗ ਹੈ ਕਿ ਲਾਜ਼ਮੀ ਕੋਵਿਡ-19 ਟਿਕਾ ਕਰਣ ਅਤੇ ਵਿਆਪਕ ਸਿਹਤ پابੰਦੀਆਂ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਤੋਂ ਅਲਬਰਟਾ ਦੇ ਕੋਰਟਸ ਸਥਿਤ ਅਮਰੀਕਾ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਸੀ ਕੁਝ ਦਿਨ ਪਹਿਲਾਂ ਹੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਸਰਹੱਦ 'ਤੇ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬੰਦੂਕਾਂ ਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ ਕੀਤਾ ਸੀ ਉਦਰ ਕੈਨੇਡਾ ਦੇ ਵਿੱਚ ਕਰੀਬ ਇੱਕ ਹਫ਼ਤੇ ਤੋਂ ਚੱਲ ਰਿਹਾ ਟਰੱਕ ਡਰਾਈਵਰਾਂ ਦਾ ਅੰਦੋਲਨ ਅੱਜ ਭਾ ਬੁੱਧਵਾਰ ਨੂੰ ਖਤਮ ਹੋਣ ਦੀ ਉਮੀਦ ਹੈ। ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਭਰੋਸਾ ਪ੍ਰਗਟਾਇਆ ਕਿ ਮੈਨੀਟੋਬਾ ਅਮਰੀਕਾ ਸਰਹੱਦ 'ਤੇ ਕੋਵਿਡ-19 ਮਹਾਮਾਰੀ پابੰਦੀਆਂ ਦੇ ਵਿਰੁੱਧ ਚੱਲ ਰਿਹਾ ਅੰਦੋਲਨ ਅੱਜ ਖਤਮ ਹੋ ਸਕਦਾ ਹੈ। ਇਸ ਅੰਦੋਲਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਲਈ ਵੱਡੀ ਮੁਸੀਬਤ ਵੀ ਖੜੀ ਕਰ ਦਿੱਤੀ। ਸੀਬੀਸੀ ਨਿਊਜ਼ ਦੀ ਖਬਰ ਦੇ ਮੁਤਾਬਕ ਮੈਨੀਟੋਬਾ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਦਰਸ਼ਨਕਾਰੀ ਐਮਰਸਨ ਕ੍ਰਾਸਿੰਗ ਖੇਤਰ आरसीएमपी ਦੇ ਮੁਖੀ ਰੌਬ ਹਿਲ ਨੇ ਇੱਕ ਬਿਆਨ ਦੇ ਵਿੱਚ ਇਹ ਵੀ ਕਿਹਾ ਕਿ ਅੰਦੋਲਨਕਾਰੀ ਜਲਦੀ ਹੀ ਖੇਤਰ ਨੂੰ ਖਾਲੀ ਕਰ ਦੇਣਗੇ ਤੇ ਐਮਰਸਨ ਪੋਰਟ ਤੱਕ ਆਵਾਜਾਈ ਸ਼ੁਰੂ ਹੋ ਜਾਵੇਗੀ ਪਰ ਦਰਸ਼ਨਕਾਰੀਆਂ ਨੇ ਪਿਛਲੇ ਵੀਰਵਾਰ ਤੋਂ ਮੈਨੀਟੋਬਾ ਦੇ ਵਿੱਚ ਹਾਈਵੇ 75 ਨੂੰ ਜਨਮ ਕੀਤਾ ਹੋਇਆ ਹੈ ਹਾਲਾਂਕਿ ਉਹਨਾਂ ਨੇ ਐਮਰਜੈਂਸੀ ਵਾਹਨਾਂ ਨੂੰ ਆਉਣ ਜਾਣ ਦੀ ਇਜਾਜ਼ਤ ਦਿੱਤੀ ਹੈ ਇਸ ਅੰਦੋਲਨ ਦੇ ਕਾਰਨ ਕੈਨੇਡਾ ਦੇ ਵਿੱਚ ਜਨਜੀਵਨ ਅਤੇ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਐਮਰਸਨ ਦੇ ਕਾਰੋਬਾਰੀ ਸਾਈਮਨ ਰੌਸ਼ ਨੇ ਕਿਹਾ ਹੈ ਕਿ ਕਰੀਬ ਇੱਕ ਹਫ਼ਤੇ ਤੋਂ ਦੁਕਾਨ ਬੰਦ ਪਈ ਹੋਈ ਹੈ ਆਵਾਜਾਈ ਨੂੰ ਤੁਰੰਤ ਬਹਾਲ ਕਰਨ ਦੇ ਲਈ ਸਰਕਾਰ ਨੂੰ ਕਦਮ ਚੁੱਕਣੇ ਚਾ कोरोना महामारी ने दो साल खराब कर देते ਨੇ ਅਤੇ ਹੁਣ ਇਸ ਅੰਦੋਲਨ ਨੇ ਕਾਰੋਬਾਰ ਠੱਪ ਵੀ ਕਰ ਦਿੱਤਾ ਜੇਕਰ ਇਹ ਜਾਰੀ ਰਿਹਾ ਤਾਂ ਅਸੀਂ ਕਾਰੋਬਾਰ ਬੰਦ ਕਰ ਦੇਵਾਂਗੇ ਐਮਰਸਨ ਕ੍ਰਾਸਿੰਗ ਕੈਨੇਡਾ ਅਮਰੀਕਾ ਸਰਹੱਦ ਤੇ ਵਪਾਰ ਦੇ ਲਈ ਕਈ ਮਹੱਤਵਪੂਰਨ ਡ੍ਰਾਈ ਪੋਰਟ لینڈ ਪੋਰਟਾਂ ਦੇ ਵਿੱਚੋਂ ਇੱਕ ਹੈ ਅੰਦੋਲਨਗਾਰੀ ਨਾ ਸਿਰਫ ਕੋਰੋਨਾ پابੰਦੀਆਂ ਖਤਮ ਕਰਨ ਅਤੇ ਫੈਡਰਲ ਸਰਕਾਰ ਦੇ ਵੈਕਸੀਨ ਆਰਡਰ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ ਸਗੋਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਅਸਤੀਫੇ ਅਤੇ ਹੋਰ ਬਦਲਾਅ ਦੀ ਮੰਗ ਵੀ ਕਰ ਰਹੇ ਨੇ ਇਹ ਅੰਦੋਲਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਲਈ ਵੱਡੀ ਮੁਸੀਬਤ ਬਣ ਗਿਆ ਅਤੇ ਪੂਰੇ ਦੇਸ਼ ਦੇ ਵਿੱਚ ਫੈਲ ਗਿਆ। ਕੋਰੋਨਾ ਵੈਕਸੀਨ ਨੂੰ ਲਾਜ਼ਮੀ ਬਣਾਉਣ ਦੇ ਹੁਕਮਾਂ ਦੇ ਵਿਰੁੱਧ ਸ਼ੁਰੂ ਹੋਇਆ ਅੰਦੋਲਨ ਉਹਨਾਂ ਦੇ ਅਸਤੀਫੇ ਦੀ ਮੰਗ ਤੱਕ ਪਹੁੰਚ ਗਿਆ। ਇਸ ਰਾਜ ਨਜਿੱਠਣ ਦੇ ਲਈ ਟਰੂਡੋ ਨੂੰ ਪਹਿਲੀ ਵਾਰ ਦੇਸ਼ ਦੇ ਵਿੱਚ ਐਮਰਜੈਂਸੀ ਸਿਚੁਏਸ਼ਨ ਐਕਟ ਲਾਗੂ ਕਰਨਾ ਪਿਆ। ਹਜ਼ਾਰਾਂ ਟਰੱਕ ਡਰਾਈਵਰ ਆਪਣੇ ਟਰੱਕਾਂ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ ਇਸ ਕਾਰਨ ਰਾਜਧਾਨੀਓ ਟਾਵਾ ਦੇ ਕਈ ਇਲਾਕੇ ਵੀ ਜਮ ਹੋ ਗਏ ਨੇ। ਟਾਵਾ ਦੇ ਵਿੱਚ 50 ਹਜ਼ਾਰ ਤੋਂ ਵੱਧ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਨੇ। ਉਧਰ ਫੈਡਰਲ ਮੰਤਰੀਆਂ ਦਾ ਕਹਿਣਾ ਹੈ ਕਿ ਹੁਣ ਜਦੋਂ ਐਮਰਜੈਂਸੀ ਐਕਟ ਲਾਗੂ ਹੋ ਗਿਆ ਤਾਂ ਇਸ ਨੂੰ ਅਮਲ ਦੇ ਵਿੱਚ ਲਿਆਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ। ਉਮੀਦ ਹੈ ਕਿ ਇਸ ਦੇ ਨਾਲ ਦੇਸ਼ ਦੀ ਰਾਜਧਾਨੀ ਦੇ ਵਿੱਚ ਮੁਜ਼ਾਹਰਿਆਂ ਦਾ ਇੱਕ ਹੋਰ ਹਫ਼ਤਾ ਵੇਖਣ ਨੂੰ ਨਹੀਂ ਮਿਲੇਗਾ। ਇਸ ਐਮਰਜੈਂਸੀ ਐਕਟ ਨੂੰ ਸੋਮਵਾਰ ਨੂੰ ਤਰਤੀਬ ਦੇ ਦਿੱਤੀ ਗਈ ਸੀ ਪਰ ਅਜਾ ਜਨਤਾ ਕਹ एलान ਮੰਗਲਵਾਰ ਨੂੰ ਕੀਤਾ ਗਿਆ। ਮੰਗਲਵਾਰ ਨੂੰ ਕੈਬਨਿਟ ਦੇ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਮਰਜੈਂਸੀ ਪ੍ਰੀਪੇਅਰਨੈਸ ਮੰਤਰੀ ਬਿਲ ਬਲੇਅਰ ਨੇ ਆਖਿਆ ਕਿ ਹੁਣ ਸਾਡੇ ਕੋਲ ਉਹ ਸ਼ਕਤੀ ਹੈ ਜਿਸ ਦੇ ਨਾਲ ਉਹ ਕੀਤਾ ਜਾ ਸਕਦਾ ਹੈ ਜੋ ਕੀਤਾ ਜਾਣਾ ਚਾਹੀਦਾ ਸੀ। ਉਹਨਾਂ ਨੇ ਆਖਿਆ ਕਿ ਜਦੋਂ ਤੱਕ ਇਹਨਾਂ ਮੁਜ਼ਾਰਿਆਂ ਨੂੰ ਖਤਮ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਸਾਂ ਨਹੀਂ ਲਵਾਂਗੇ ਟਰੱਕਰਜ਼ ਦੇ ਵੱਲੋਂ ਕਿਤੇ ਜਾ ਰਹੇ ਮੁਜ਼ਾਰਿਆਂ ਨੂੰ ਖਤਮ ਕਰਨ ਤੇ ਲਾਏ ਗਏ ਬਲਾਕੀਡਸ ਨੂੰ ਹਟਾਉਣ ਦੇ ਲਈ ਆਗਲਾਗੂ ਕਿਤੇ ਗਿਆ ਮਰਜੰਸੀ ਐਕਟ ਤੋਂ ਬਾਅਦ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਡਿੰਸੋ ਨੇ ਆਖਿਆ ਕਿ ਇਸ ਹਫਤੇ ਅਸੀਂ ਪਿਛਲੇ 19 ਦਿਨਾਂ ਤੋਂ ਚੱਲ ਰਹੇ ਮੁਜ਼ਾਰਿਆਂ ਨੂੰ ਖਤਮ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਇੱਕ ਨਵੇਂ ਐਕਟ ਦੇ ਤਹਿਤ ਮਿਲੀਆਂ ਸ਼ਕਤੀਆਂ ਸਦਕਾ ਹੁਣ ਅਧਿਕਾਰੀ ਕੁਝ ਨਵੇਂ ਨਿਯਮ ਲਾਗੂ ਕਰਵਾ ਸਕਣਗੇ ਜਿਵੇਂ ਕਿ ਟਰੱਕਰਜ਼ ਕਨਵੇ ਦੇ ਮੁਜ਼ਾਰਿਆਂ ਦੇ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲਿਆ ਮੁਜਾਰੇ ਦੇ ਵਿੱਚ ਹਿੱਸਾ ਲੈਣ ਜਾਂ ਫਿਰ ਫਿਊਲ ਆਦੀ ਸਪਲਾਈ ਕਰਨ ਦੇ ਲਈ ਮੁਜਾਰੇ ਵਾਲੀ ਥਾਂ ਤੱਕ ਜਾਂ ਫਿਰ ਉੱਥੋਂ ਟਰੈਵਲ ਕਰਨ ਤੱਕ ਰੁਕ ਹੈ ਕਨਵੇ ਦੇ ਮੁਜਾਰੇ ਦੇ ਵਿੱਚ ਹਿੱਸਾ ਲੈਣ ਦੇ ਇਰਾਦੇ ਦੇ ਨਾਲ ਵਿਦੇਸ਼ੀ ਨਾਗਰਿਕ ਦੇ ਵੱਜੋਂ ਕੈਨੇਡਾ ਟਰੈਵਲ ਕਰਨ ਦੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਮੁਜਾਰੇ ਦੀ ਸਮਰਥਨ ਦੇ ਵਿੱਚ ਟ੍ਰੈਫਿਕ ਦੇ ਵਿੱਚ ਵਿਗਨ ਪੈਣ ਵਾਲੀਆਂ ਗੱਡੀਆਂ ਨੂੰ ਹੌਲੀ-ਹੌਲੀ ਚਲਾਉਣ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਕਨਵੇ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੇ ਫੰਡ ਰੱਖਣ ਜਾਂ ਫਿਰ ਨਿਯੰਤਰਿਤ ਕਰਨ ਵਾਲੀਆਂ ਕਾਉਂਟ ਫੰਡਿੰਗ ਸਾਈਟਸ ਨੂੰ ਫੈਡਰਲ ਸਰਕਾਰ ਦੀ ਫਾਈਨੈਂਸ਼ੀਅਲ ਨਿਗਰਾਨੀ ਵਾਲੀ ਸੰਸਥਾ ਦੇ ਨਾਲ ਰਜਿਸਟਰ ਕਰਨਾ ਹੋਵੇਗਾ। ਅਧਿਕਾਰੀਆਂ ਦੇ ਵੱਲੋਂ 에어ਪੋਰਟ, ਪੋਰਟ, ਟਰੱਕ ਡਿਪੂ, ਹਸਪਤਾਲ, ਟ੍ਰੇਡ ਗਲਿਆਰਿਆਂ ਤੇ ਕੁਮਾਂਤਰੀ ਲਾਂਗਿਆਂ ਨੂੰ ਪ੍ਰੋਟੈਕਟਿਡ ਐਲਾਨਿਆ ਗਿਆ। ਜ਼ਿਕਰਯੋਗ ਹੈ ਕਿ ਵੈਕਸੀਨੇਸ਼ਨ ਸੰਬੰਧੀ ਮਾਪਦੰਡਾ ਦੇ ਖਿਲਾਫ ਪਿਛਲੇ ਲਗਭਗ 3 ਹਫ਼ਤਿਆਂ ਤੋਂ ਟਰੱਕਰਸ ਕਨਵਏ ਦੇ ਸਮਰਥਕ ਬਾਰਡਰਸ ਤੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਮੁਜਾਹਰਤ ਕਰ ਰਹੇ ਨੇ। ਇਸ ਨਾਲੇ ਜਿੱਥੇ ਕੁਮਾਂਤਰੀ ਵਪਾਰ ਨੂੰ ਤਾਂ ਕੱਲ ਲੱਗਿਆ ਉੱਥੇ ਹੀ ਸਥਿਤੀ ਨੂੰ ਨਿਯੰਤਰਣ ਦੇ ਵਿੱਚ ਰੱਖਣ ਦੇ ਲਈ ਸਰਕਾਰ ਨੂੰ ਮਣਾਮੋਹੀ ਪੈਸਾ ਪਾਣੀ ਵਹਾਉਣਾ ਪੈ ਰਿਹਾ ਹੈ। ਉਦੋਂਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਆਖਿਆ ਕਿ ਲੋਕ ਵੈਕਸੀਨ ਸਰਟੀਫਿਕੇਟਸ ਤੇ ਮਾਸਕ ਆਦਿ ਵਰਗੇ ਨਿਯਮਾਂ ਤੋਂ ਅੱਕ ਚੁੱਕੇ ਰਹੇ ਤੇ ਹੁਣ ਪਬਲਿਕ ਹੈਲਥ ਪਾਬੰਦੀਆਂ ਹਟਾਉਣ ਦਾ ਸਮਾਂ ਆ ਗਿਆ ਹੈ। ਇਸ ਤੋਂ ਇੱਕ ਦਿਨ ਪਹਿਲਾਂ ਪ੍ਰੋਗਰੈਸਿਵ ਕਨਜ਼ਰਵੇਟਿਵ ਸਰਕਾਰ ਨੇ ਬਿਜ਼ਨਸ ਰੀਓਪਨਿੰਗ ਪਲਾਨ ਦੇ ਵਿੱਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਸੀ ਅਤੇ ਇਸ ਦੇ ਨਾਲ ਹੀ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਵੈਕਸੀਨ ਸਰਟੀਫਿਕੇਟ ਵਰਗੇ ਸਿਸਟਮ ਨੂੰ ਖਤਮ ਕਰਨ ਦੀ ਗੱਲ ਵੀ ਆਖੀ ਗਈ ਸੀ। ਡਕਫੋਰਡ ਨੇ ਆਖਿਆ ਕਿ ਉਹ ਇਹਨਾਂ ਪਾਬੰਦੀਆਂ ਨੂੰ ਜਲਦ ਖਤਮ ਕਰਨ ਦੇ ਹੱਕ ਦੇ ਵਿੱਚ ਨੇ। ਹੈਮਿਲਟਨ ਅੰਟਾਰੀਓ ਦੇ ਵਿੱਚ ਮੈਨੂਫੈਕਚਰਿੰਗ ਦੇ ਨਾਲ ਸੰਬ ਕਿ ਸਰਕਾਰ ਹੋਣ ਦੇ ਨਾਤੇ ਉਹ ਲੋਕਾਂ ਨੂੰ ਦੱਸਣ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਅਸੀਂ ਇਹਨਾਂ پابੰਦੀਆਂ ਦੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤੇ ਕਾਰੋਬਾਰਾਂ ਦੇ ਨਾਲ ਨਾਲ ਨੌਕਰੀਆਂ ਵੀ ਬਚਾਉਣੀਆਂ ਚਾਹੁੰਦੇ ਹਾਂ ਪਹਿਲੀ ਮਾਰਚ ਤੋਂ ਸਰਕਾਰ ਕਾਰੋਬਾਰ ਤੇ ਸੋਸ਼ਲ ਗੈਦਰਿੰਗਜ਼ ਉੱਤੇ ਲੱਗੀ ਕਪੈਸਿਟੀ ਲਿਮਿਟ ਨੂੰ ਪੂਰੀ ਤਰ੍ਹਾਂ ਹਟਾਉਣਾ ਚਾਹੁੰਦੀ ਹੈ ਵੈਕਸੀਨ ਸਰਟੀਫਿਕੇਟ ਪਾਲਿਸੀ ਨੂੰ ਵੀ ਉਸੇ ਦਿਨ ਖਤਮ ਕੀਤਾ ਜਾਵੇਗਾ ਫੋਰਡ ਨੇ ਆ ਕਿ ਆ ਕਿ ਵੈਕਸੀਨੇਸ਼ਨ ਪਾਲਿਸੀ ਲਿਆਉਣ ਦਾ ਉਹਨਾਂ ਦਾ ਕੋਈ ਇਰਾਦਾ ਨਹੀਂ ਹੈ ਪਰ ਹਾਲਾਤ ਦੀ ਨਜ਼ਾਕਤ ਤੇ ਪ੍ਰੋਵਿੰਸ ਦੇ ਚੀਫ ਮੈਡੀਕਲ ਆਫੀਸਰ ਡਾਕਟਰ ਕਿਰਨ ਮੂਰਦੀ ਸਲਾਹ ਦੇ ਉੱਤੇ ਉਹਨਾਂ ਨੂੰ ਅチェਹਾ ਕਰ ਮੋਦਰ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਆੰਕਾ ਗਾਂਧੀ ਅੰਮ੍ਰਿਤਸਰ ਵਿਖੇ ਪੁੱਜੀ ਉਹਨਾਂ ਨੇ ਹਲਕਾ ਪੂਰਬੀ ਅਤੇ ਉੱਤਰੀ ਦੇ ਵਿੱਚ ਰੋਡ ショਕ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਦੱਤੀ ਦੇ ਲਈ ਲੋਕਾਂ ਤੋਂ ਵੋਟਾਂ ਮੰਗੀਆਂ ਰੋਡ ショਕ ਦੇ ਸਮੇਂ ਲੋਕਾਂ ਦੀ ਭੀੜ ਨੇ ਪ੍ਰਿਆੰਕਾ ਗਾਂਧੀ ਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਇਸ ਮੌਕੇ ਪ੍ਰਿਆੰਕਾ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚੰਗੇ ਸਿੰਘ ਚੰਨੀ ਨੇ 111 ਦਿਨ ਦੇ ਵਿੱਚ ਜਨਤਾ ਦੇ ਲਈ ਬਹੁਤ ਕੰਮ ਕੀਤੇ ਨੇ ਪ੍ਰਿਆੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਫਿਰ ਤੋਂ ਕਾਂਗਰਸ ਸਰਕਾਰ ਬਣਾਉਣਗੇ ਕਿਉਂਕਿ ਚੰਨੀ ਨੇ ਜੋ ਹੋਰ ਵਾਅਦੇ ਹੀ ਰਹਿਣ ਦੇਣਗੇ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਝੂਠੇ ਵਾਅਦਿਆਂ ਦੇ ਸਿવાય ਕੁਝ ਵੀ ਨਹੀਂ ਦਿੱਤਾ ਜਿਹੜਾ ਪ੍ਰਧਾਨ ਮੰਤਰੀ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਸਮੇਂ ਕਿਸੇ ਵੀ ਕਿਸਾਨਾਂ ਗੁਨੁੱਤਰਨੇ ਦੇ ਵਿੱਚ ਮਿਲਣ ਤੱਕ ਨਹੀਂ ਆਇਆ ਉਹ ਕਿਸੇ ਦੇ ਕਿਵੇਂ ਕੰਮ ਕਰ ਸਕਦਾ ਪ੍ਰੰਕਲਾ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੰਬੇ ਹੱਥੀ ਲੈਂਦਿਆਂ ਹੋਇਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਕੁਝ ਵੀ ਨਹੀਂ ਕੀਤਾ ਕੇਜਰੀਵਾਲ ਨੇ ਨਾ ਸਕੂਲਾਂ ਦੇ ਲਈ ਕੁਝ ਕੀਤਾ ਨਾ ਹੀ ਮੈਡੀਕਲ ਦੇ ਲਈ ਉਹਨਾਂ ਨੇ ਲਿਪਾ ਪੋਚੀ ਕਰਨ ਤੋਂ ਸਿਵਾਏ ਕੋਈ ਹੋਰ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਭਾਜਪਾ ਤੇ ਆਮ ਆਦਮੀ ਪਾਰਟੀ ਕੋਈ ਚਈਆਂ ਨਹੀਂ મોદી ਨੇ ਲੋਕ ਸਭਾ ਚੋਣਾਂ ਦੇ ਵਿੱਚ ਕਈ ਤਰ੍ਹਾਂ ਦੇ ਝੂਠੇ ਵਾਅਦੇ ਕੀਤੇ ਨੇ ਜੋ ਅਜੇ ਤੱਕ ਪੂਰੇ ਨਹੀਂ ਕੀਤੇ ਉਹ ਪੰਜਾਬ ਦੀ ਨੂੰ ਹੈ ਤੇ ਪੰਜਾਬੀ ਖਾਣਾ ਮੇਰੇ ਬੱਚਿਆਂ ਨੇ ਬਹੁਤ ਖਾਦਾ ਹੈ ਇਸ ਮੌਕੇ ਮੈਡਮ ਨਵਜੋਤ ਕੌਰ ਸਿੱਧੂ ਜੋਗਿੰਦਰ ਪਾਲ ਟਿੰਗਰਾ ਆਦਿ ਵੀ ਉੱਥੇ ਹ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਰਵਿਦਾਸ ਮਹਾਰਾਜ ਦੀ ਜਨਮ ਦਿਵਸ ਮੌਕੇ ਦਿੱਲੀ ਦੇ ਕਰੋਲ ਬਾਗ ਸਥਿਤ ਸ੍ਰੀ ਗੁਰੂ ਰਵਿਦਾਸ ਵਿਸ਼्राम धाम ਪਹੁੰਚੇ ਅਤੇ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਦੇ ਵਿੱਚ ਪੂਜਾ ਕੀਤੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਕਰੋਲ ਬਾਗ ਦੇ ਸ੍ਰੀ ਗੁਰੂ ਰਵਿਦਾਸ ਦਾ ਮੰਦਰ ਦੇ ਵਿੱਚ ਆਯੋਜਿਤ ਸ਼ਬਦ ਕੀਰਤਨ ਦੇ ਵਿੱਚ ਸ਼ਾਮਲ ਹੋਏ ਮੰਦਰ ਦੇ ਵਿੱਚ ਮੌਜੂਦ ਮਹਿਲਾਵਾਂ ਦੇ ਵਿਚਾਲੇ ਪਹੁੰਚੇ ਤੇ ਬੈਠ ਕੇ ਮੰਜੀਰਾ ਵੀ ਵਜਾਇਆ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ ਕਿ ਹਾਂ ਕੇ ਸੰਤ ਰਵਿਦਾਸ ਜੀ ਦੀ ਜਨਮ ਦਿਵਸ ਮੌਕੇ ਅੱਜ ਮੈਂ ਦਿੱਲੀ ਦੇ ਸ਼੍ਰੀ ਗੁਰੂ ਰਵਿਦਾਸ ਵਿਸ਼ਰਾਮਧਾਮ ਮੰਦਿਰ ਜਾ ਕੇ ਦਰਸ਼ਨ ਕੀਤੇ ਸਾਰੇ ਦੇਸ਼ ਵਾਸੀਆਂ ਨੂੰ ਰਵਿਦਾਸ ਜੀ ਜਨਮ ਦਿਵਸ ਦੀਆਂ ਸ਼ੁਭ ਕਾਮਨਾਵਾਂ ਤੋਂ ਅੰਦਾਜ਼ੇ ਕਿ ਸੰਤ ਰਵਿਦਾਸ ਜੀ ਦੀ ਜਨਮ ਦਿਵਸ ਦੇ ਦਿਨ ਮੰਦਿਰਾਂ ਦੇ ਵਿੱਚ ਕੀਰਤਨ ਭਜਨ ਦਾ ਵਿਸ਼ੇਸ਼ ਆਯੋਜਨ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਨੇ ਮੰਨਤਾ ਇਹ ਹੈ ਕਿ ਸੰਤ ਰਵਿਦਾਸ ਦਾ ਜਨਮ ਮਾਘ ਪੁੰਨਿਆ ਦੇ ਦਿਨ ਹੋਇਆ ਸੀ ਅੱਜ 16 ਫਰਵਰੀ ਨੂੰ ਮਾਘ ਪੁੰਨਿਆ ਮਨਾਇਆ ਜਾ ਰਿਹਾ ਜਹੇ ਦੇ ਵਿੱਚ ਅੱਜ ਦਾ ਦਿਨ ਸੰਤ ਰਵਿਦਾਸ ਜਾਂਦਾ ਕਿ ਰਵਿਦਾਸ ਜੀ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਸਨ ਉਹ ਕਿਸੇ ਵੀ ਕੰਮ ਨੂੰ ਛੋਟਾ ਜਾਂ ਫੇ ਵੱਡਾ ਨਹੀਂ ਸਨ ਸਮਝਦੇ ਇਸ ਲਈ ਹਰ ਕੰਮ ਨੂੰ ਪੂਰੇ ਮਾਨ ਤੇ ਲਗਨ ਦੇ ਨਾਲ ਉਹ ਕਰਦੇ ਸਨ ਉਧਰ ਪੰਜਾਬੀ ਕਲਾਕਾਰ ਦੀਪ ਸਿੱਧੂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਦੀਪ ਸਿੱਧੂ ਦਾ ਸਿਵਲ ਹਸਪਤਾਲ ਸੋਨੀਪਤ ਵਿਖੇ ਮਪੋਸਟਮ ਸ਼ੁਰੂ ਹੋ ਗਿਆ ਹੈ ਤਿੰਨ ਡਾਕਟਰਾਂ ਦੇ ਪੈਨਲ ਦੇ ਵਜੋਂ ਦੀਪ ਸਿੱਧੂ ਦਾ ਪੋਸਟਮ ਕੀਤਾ ਜਾ ਰਿਹਾ ਹੈ ਪੁਲਿਸ ਪੋਸਟਮ ਦੀ ਵੀਡੀਓ ਰਿਕਾਰਡਿੰਗ ਦੀ ਕਰਵਾ ਰਹੀ ਹੈ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦੀਪ ਸਿੱਧੂ ਦੀ ਗੱਡੀ ਖੜੇ ਟੱਕ ਦੇ ਵਿੱਚ ਜਾ ਕੇ ਵਜੀ ਡਰਾਈਵਰ ਸਾਈਡ ਤੋਂ ਗੱਡੀ ਵਜਨ ਦੇ ਕਾਰਨ ਦੀਪ ਸਿੱਧੂ ਦੀ ਮੌਤ ਹੋ ਗਈ ਜਦਕਿ ਉਸ ਦੀ ਮਹਿਲਾ ਮਿੱਤਰ ਰੀਨਾ ਰਾਇ ਠੀਕ ਹੈ ਬੀਤੇ ਦਿਨੀ ਦੀਪ ਸਿੱਧੂ ਦਾ ਕੁੰਡਲੀ ਮਾਨੇਸਰ ਹਾਈਵੇ ਤੇ ਸੜਕ ਹਾਦਸਾ ਹੋ ਗਿਆ ਦੀਪ ਸਿੱਧੂ ਨੂੰ ਹਸਪਤ ਬਿਸਤਾਰਿਆਂ ਦੇ ਨਾਲ ਨਾ ਰਾਜਨੀਤਿਕ ਆਗੂਆਂ ਦੇ ਵੱਲੋਂ ਵੀ ਦੁੱਖ ਪ੍ਰਗਟਾਇਆ ਜਾ ਰਿਹਾ ਹੈ ਤੋਂ ਅੰਦਾਜ਼ੇ ਕਿ ਦੀਪ ਸਿੱਧੂ ਕਿਸਾਨੀ ਅੰਦੋਲਨ ਦੇ ਚੱਲਦਿਆਂ ਬਹਿ ਚਰਚਾ ਦੇ ਵਿੱਚ ਨੇ ਉਹਨਾਂ ਦੀ 26 ਜਨਵਰੀ 2021 ਦੀ ਲਾਲ ਕਿਲੇ ਦੀ ਘਟਨਾ ਤੇ ਚੱਲਦਾ ਗ੍ਰਿਫਤਾਰੀ ਵੀ ਹੋਈ ਸੀ ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਗਈ ਸੀ ਦੀਪ ਸਿੱਧੂ ਨੇ ਵਾਰਿਸ ਪੰਜਾਬ ਦੇ ਨਾਂ ਤੇ ਜਥੇਬੰਦੀ ਵੀ ਬਣਾਈ ਸੀ ਉਦਰਪਾੜ ਦੇ ਵਿੱਚ ਕਰੋਨਾ ਦੇ 30615 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਕੁੱਲ ਮਾਮਲਿਆਂ ਦੀ ਗਿਣਤੀ ਅੱਜ ਵਧ ਕੇ 4 ਕਰੋੜ 27 ਲੱਖ 23558 ਹੋ ਚੁੱਕੀ ਹੈ ਜਦਕਿ ਇਲਾਜ ਦੇ ਅਧੀਨ ਮਾਮਲਿਆਂ ਦੀ ਗਿਣਤੀ ਘਟ ਕੇ 370240 ਹੋ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਦੇ ਬੁੱਧਵਾਰ ਸਵੇਰੇ 8 ਵਜੇ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ 514 ਹੋਰ ਮਰੀਜ਼ਾਂ ਦੀ ਜਾਨ ਗੁਆਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 59872 ਹੋ ਗਈ ਹੈ ਸਿਹਤ ਮੰਤਰਾਲੇ ਦੇ ਅਨੁਸਾਰ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਸੰਕਰਮਣ ਦੀ ਕੁੱਲ ਮਾਮਲਿਆਂ ਦਾ 0.87% ਦੀ ਹੈ ਜਦਕਿ ਕਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 99.94 ਫੀਸਦੀ ਹੋ ਚੁੱਕੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਦੇ ਵਿੱਚ 55887 ਮਾਮਲਿਆਂ ਦੀ ਕਮੀ ਦਰਜ ਕੀਤੀ ਗਈ ਉੱਥੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 40 ਲੱਖ ਤੋਂ ਵੱਧ ਕਰੋਨਾ ਦੇ ਟੀਕੇ ਲਗਾਏ ਜਾ ਚੁੱਕੇ ਨੇ ਇਸ ਦੇ ਨਾਲ ਹੀ ਕੁੱਲ ਟੀਕਾਕਰਣ 173.86 ਕਰੋੜ ਤੋਂ ਵੀ ਵੱਧ ਹੋ ਗਿਆ ਦੇਸ਼ ਦੇ ਵਿੱਚ ਬੀਤੇ 24 ਘੰਟਿਆਂ ਦੇ ਵਿੱਚ 1259670 ਕਰੋਨਾ ਟੈਸਟ ਕੀਤੇ ਜਾ ਚੁੱਕੇ ਨੇ ਇਸ ਨਾਲ ਹੀ ਦੇਸ਼ ਦੇ ਵਿੱਚ ਕੋਲ ਟੈਸਟਾਂ ਦੀ ਗਿਣਤੀ 75.42 ਕਰੋੜ ਹੋ ਚੁੱਕੀ ਹੈ ਉਧਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਦੀ ਹੈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਪੰਜਾਬ ਨੂੰ ਬੰਦਨਾਮ ਕਰਨ ਦੇ ਲਈ ਬਹਾਨੇ ਨਾਲ ਬਣ ਉਪ ਮੁੱਖ ਮੰਤਰੀ ਨੇ ਅਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੇ ਲਈ ਕੋਈ ਨਾ ਕੋਈ ਬਹਾਨਾ ਲੱਭਦੇ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਫਿਰੋਜ਼ਪੁਰ ਦੌਰੇ ਦੌਰਾਨ ਵੀ ਪੰਜਾਬ ਦਾ ਅਕਸ ਪੂਰੇ ਦੇਸ਼ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਲੰਧਰ ਦੌਰੇ ਦੇ ਦੌਰਾਨ ਵੀ ਪੰਜਾਬ ਨੂੰ ਬਦਨਾਮ ਕਰਨ ਦੇ ਲਈ ਮੋਦੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਉਹਨਾਂ ਨੇ ਕਿਹਾ ਕਿ ਮੋਦੀ ਦਾ ਦੌਰਾ ਚੋਣ ਕਮਿਸ਼ਨ ਅਤੇ ਸੂਬਾ ਪੁਲਿਸ ਦੀ ਨਿਗਰਾਨੀ ਹੇਠ ਤੈਅ ਕੀਤਾ ਗਿਆ ਸੀ। ਰੰਧਾਵਾ ਨੇ ਕਿਹਾ ਕਿ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਹਨ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਵੀ ਕਾਰ ਚਲਾਈ ਜਾ ਰਹੀ ਹੈ ਕਾਂਗਰਸ ਸਰਕਾਰ ਨੇ ਹੱਥ ਦੇ ਵਿੱਚ ਇਸ ਸਮੇਂ ਕੁਝ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਮੋਦੀ ਨੂੰ ਪੰਜਾਬ ਤੇ ਰਹਿਮ ਕਰਨਾ ਚਾਹੀਦਾ ਹੈ ਕਿਉਂਕਿ ਪਹਿਲਾਂ ਹੀ ਕਿਸਾਨ ਵਿਰੋਧੀ ਅੰਦੋਲਨ ਦੇ ਦੌਰਾਨ 700 ਤੋਂ ਜ਼ਿਆਦਾ ਕਿਸਾਨ ਆਪਣੀ ਕੁਰਬਾਨੀ ਦੇ ਚੁੱਕੇ ਨੇ ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਭੁੱਲ ਨਹੀਂ ਸਕਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਚੋਣਾ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਾਂਗਰਸ ਸਰਕਾਰ ਹਮੇਸ਼ਾ ਗੰਭੀਰ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਨੇ ਅਮਨ ਸ਼ਾਂਤੀ ਨੂੰ ਪੂਰੀ ਤਰ੍ਹਾਂ ਬਣਾ ਕੇ ਰੱਖਿਆ ਹੋ ਖੁਦ ਸਰਹੱਦੀ ਖੇਤਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਨੇ ਕਿਸ ਤਰ੍ਹਾਂ ਪਾਕ ਉਹਨਾਂ ਨੇ ਕਿਹਾ ਕਿ ਭਾਜਪਾ ਨੂੰ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਪਰ ਭਾਜਪਾ ਨੇ ਹਮੇਸ਼ਾ ਹੀ ਚੋਣਾਂ ਵਾਲੇ ਸਬਿਆ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਖਿਲਵਾੜ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪੱਛਮੀ ਬੰਗਾਲ ਦੇ ਵਿੱਚ ਵੀ ਭਾਜਪਾ ਨੇ ਮਮਤਾ ਬੇਨਰਜੀ ਦੇ ਖਿਲਾਫ ਇੰਜ ਹੀ ਕਦਮ ਚੁੱਕੇ ਸਨ ਅਤੇ ਹੁਣ ਉਹ ਅਜਿਹੀਆਂ ਹਰਕਤਾਂ ਪੰਜਾਬ ਵਿੱਚ ਕਰ ਰਹੀ ਹੈ ਉਧਰ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਜਪਾ ਪਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਅਤੇ ਰਾਤ ਦਾ ਖਾਣਾ ਖਾਧਾ ਇਸ ਦੌਰਾਨ ਪ੍ਰਿਅੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਪੰਜਾਬ ਦੀ ਸਿਆਸਤ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਵੀ ਕੀਤੀ ਇਹ ਮੁਲਾਕਾਤ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਇਹ ਜਿਹੇ ਸਮੇਂ ਹੋਈ ਹੈ ਜਦੋਂ ਸਿੱਧੂ ਦੇ ਹਾਈ ਕਮਾਂਡ ਦੇ ਨਾਲ ਨਾਰਾਜ਼ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਇਸੇ ਤਰ੍ਹਾਂ ਹੀ ਪ੍ਰਿਅੰਕਾ ਗਾਂਧੀ ਦਾ ਸਿੱਧੂ ਦੇ ਘਰ ਜਾਣਾ ਬਹੁਤ ਮਹੱਤਵ ਰੱਖਦਾ ਹੈ ਇਸ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਸਿੱਧੂ ਅੱਜ ਵੀ ਹਾਈ ਕਮਾਂਡ ਦੇ ਲਈ ਤੂਰੀ ਵਿਖੇ ਹੋਈ ਰੈਲੀ ਦੇ ਦੌਰਾਨ ਨਵਜੋਤ ਸਿੱਧੂ ਨੇ ਸਟੇਜ ਤੇ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ ਉਤੋਂ ਤੋਂ ਹੀ ਸਿੱਧੂ ਦੇ ਹਾਈ ਕਮਾਂਡ ਦੇ ਨਾਲ ਨਾਰਾਜ਼ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਸਨ ਹੁਣ ਪ੍ਰੈਂਕਾ ਦੇ ਸਿੱਧੂ ਦੇ ਘਰ ਜਾਣ ਦੇ ਨਾਲ ਵਿਰੋਧੀ ਆਪਣੇ ਆਪ ਨੂੰ ਚਿਤ ਹੋਇਆ ਮਹਿਸੂਸ ਕਰ ਰਹੇ ਹੋਣਗੇ ਇਸ ਨਾਲ ਹੀ ਜਿੱਥੇ ਸਿੱਧੂ ਦਾ ਸਿਆਸੀ ਕਦਮ ਵਧੇਗਾ ਉੱਥੇ ਹੀ ਉਹਨਾਂ ਦੇ ਬਾਰੇ ਹਾਸ਼ੀਏ ਤੇ ਚਲੇ ਜਾਣ ਦੀਆਂ ਅਫਵਾਹਾਂ ਨੂੰ ਵੀ ਥਲ ਪਵੇਗੀ ਉਧਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਆਏ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਸੰਸਦ ਮੈਂਬਰ ਸੰਦੀਪ 딕ਸ਼ਿਤ ਨੇ ਆਮ ਆਦਮੀ ਪਾਰਟੀ ਦੇ ਕੌਮਿਕਨ ਵੀਨਰ ਅਰਵਿੰਦ ਕੇਜਰੀਵਾਲ ਤੇ ਬੇहद ਗੰਭੀਰ ਦੋਸ਼ ਲਗਾਏ ਨੇ ਚੰਡੀਗੜ੍ਹ ਦੇ ਵਿੱਚ ਗੱਲਬਾਤ ਕਰਦਿਆਂ 딕ਸ਼ਿਤ ਨੇ ਕਿਹਾ ਕਿ ਕੇਜਰੀਵਾਲ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਪ੍ਰਾਪਤ ਕਰੀਬ 56 ਲੱਖ ਰੁਪਏ ਦੇ ਫੰਡਸ ਦੀ ਦੁਰਵਰਤੋਂ ਕੀਤੀ ਹੈ ਇਸ ਦੇ ਲਈ ਸੀਬੀਆਈ ਨੂੰ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ 딕ਸ਼ਿਤ ਨੇ ਇਸ ਸਬੰਧੀ ਸੀਬੀਆਈ ਦੇ ਡਾਇਰੈਕਟਰ ਨੂੰ ਇੱਕ ਪੱਤਰ ਵੀ ਲਿਖਿਆ 딕ਸ਼ਿਤ ਨੇ ਦੋਸ਼ ਲਗਾਏ ਕਿ ਜਦੋਂ ਅਰਵਿੰਦ ਕੇਜਰੀਵਾਲ ਇਨਕ ਸਵੈ ਸੇਵੀ ਸੰਸਥਾ ਦੇ ਨਾਲ ਕੰਮ ਕਰਦੇ ਸਨ ਆਪ ਨੇਤਾ ਮਨੀਸ਼ ਸਿਸੋਦੀ ਵੀ ਉਹਦੇ ਨਾਲ ਜੁੜੇ ਹੋਏ ਸਨ ਇਸ ਸਵੈ ਸੇਵੀ ਸੰਸਥਾ ਨੂੰ UNDP ਨੇ ਫੰਡ ਰਿਲੀਜ਼ ਕੀਤੇ ਬਾਅਦ ਦੇ ਵਿੱਚ UNDP ਨੇ ਇਨਾ ਫੰਡਸ ਨੂੰ ਲੈ ਕੇ ਆਡਿਟ ਕਰਵਾਇਆ ਜਿਸ ਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਆਡਿਟ ਰਿਪੋਰਟ ਦੇ ਵਿੱਚ ਸਵੈ ਸੇਵੀ ਸੰਸਥਾ ਨੂੰ ਦਿੱਤੇ ਗਏ ਫੰਡਸ ਦੇ ਵਿੱਚ 32 ਜਗ੍ਹਾ ਗੜਬੜੀ ਪਾਈ ਗਈ ਵਿਕਸ਼ਿਤ ਨੇ ਕਿਹਾ ਕਿ UNDP ਦੇ ਇਤਿਹਾਸ ਦੇ ਵਿੱਚ ਇੰਨੀ ਜ਼ਿਆਦਾ ਗੜਬੜੀ ਕਰਨ ਵਾਲਾ ਸੰਭਵ ਹੈ ਕਿ ਇਹ ਕੋਈ ਪਹਿਲਾ ਵਿਕਾਸ ਪ੍ਰੋਜੈਕਟ ਹੈ ਇਨ੍ਹਾਂ ਗੜਬੜੀਆਂ ਦੇ ਵਿੱਚ ਸਭ ਤੋਂ ਗੰਭੀਰ ਗੱਲ ਇਹ ਸੀ ਕਿ ਕਰੀਬ 56 ਲੱਖ ਰੁਪਏ ਦੇ ਫੰਡ ਦੀ ਦੁਰਵਰਤੋਂ ਕੀਤੀ ਗਈ ਹੈ ਇਹ თანਰਾਸ਼ੀ ਜਿਸ ਕਾਰਜ ਦੇ ਲਈ ਦਿੱਤੀ ਗਈ ਇਸ ਨੂੰ ਡਾਇਵਰਟ ਕਰਕੇ ਕਿਸੇ ਕੰਮ ਤੇ ਖਰਚ ਕਰ ਦਿੱਤਾ ਗਿਆ ਜਦੋਂ UNDP ਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੇ ਕੇਜਰੀਵਾਲ ਨੂੰ ਬੁਲਾਇਆ ਤੇ ਰੰਗੇ ਹੱਥੀ ਫੜੇ ਜਾਂਦੇ ਕੇਜਰੀਵਾਲ ਨੂੰ ਮਜਬੂਰਨ ਪੂਰੀ თანਰਸ਼ੀ ਵਾਪਸ ਕਰਨੀ ਪਈ ਧਿਕਸ਼ਿਤ ਨੇ ਕਿਹਾ ਕਿ ਹਾਲਾਂਕਿ ਭਾਰਤ ਸੰਯੁਕਤ ਰਾਸ਼ਟਰ ਸੰਗਦਮ ਮੈਂਬਰ ਹੈ ਇਸ ਲਈ ਇਹ ਪ੍ਰਸ਼ਟਾਚਾਰ ਦਾ ਮਾਮਲਾ CBI ਦੇ ਦਾਇਰੇ ਦੇ ਵਿੱਚ ਆਉਂਦਾ ਹੈ CBI ਨੂੰ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਹਨ ਨਹੀਂ ਆਪਣੇ ਦੋਸਤਾਂ ਉਦੇ ਹੋਈ ਜਾਸਾ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ